ਤੇ ਸਾਰੇ ਭਰਾਵਾਂ ਵਾਸਤੇ ਅਪੀਲ ਵੀ ਆ ਕਿ ਉਸਤਾਦ ਮੇਰੇ ਦਾ ਬੇਟਾ ਬਿਮਾਰ ਆ ਤੇ ਸਾਰੇ ਭਰਾ ਦੇ ਵਾਸਤੇ ਖਸੂਸੀ ਦੁਆ ਕਰੋ, ਅੱਲਾਹ ਪਾਕ ਮੇਰੇ ਉਸਤਾਦ ਦੇ ਬੇਟੇ ਨੂੰ ਸਿਹਤ ਤੰਦਰੁਸਤੀ ਵਾਲੀ ਲੰਮੀ ਜ਼ਿੰਦਗੀ ਦੇਵੇ। ਇੰਗਲੈਂਡ ਦਾ ਜ਼ੇਹਨ ਬਣਾ ਕੇ ਰੱਖਿਆ ਅਸੀਂ, ਬਾਕੀ ਇੰਗਲੈਂਡ ਦਾ ਇਨਸ਼ਾਅੱਲਾ ਜ਼ੇਹਨ ਇੰਗਲੈਂਡ ਦਾ ਹੀ ਆ, ਕੈਨੇਡਾ ਖੇਡਿਆ ਹੁਣ ਇੰਗਲੈਂਡ ਖੇਡਾਂਗੇ ਇਨਸ਼ਾਅੱਲਾ। ਹੋਰ ਕਿੱਦਾਂ ਭਰਾ ਮੇਰੇ, ਸਾਰੇ ਠੀਕ ਠਾਕ ਨੇ, ਅਮਨ ਸ਼ਾਂਤੀਆਂ ਨੇ, ਅੱਲਾਹ ਪਾਕ ਸਲਾਮਤ ਰੱਖੇ, ਮੂੰਹ ਤੇ ਨਾ ਮਾਰਦੀ ਐਡੀ ਦੂਰ ਆ ਵੀ ਠੀਕ ਆ, ਹੁਣ ਤੇਰੇ ਨਾਲ ਬਹੁਤ ਕਵਰ ਆ ਇੰਜਰੀ ਇਨਸ਼ਾਅੱਲਾ ਭਾਈ ਦੱਸਾਂ ਦਿਨਾਂ ਦੇ ਵਿੱਚ ਵਿੱਚ ਬੜਾ ਇਸ਼ੂ ਆ ਰਿਹਾ ਸੀ, ਆਮ ਲੜਦੀ ਆ ਬੰਦੇ ਕਹਿੰਦੇ ਬੰਦਾ ਅਸੀਂ ਬਦਲੀਏ ਭਾਈ ਪਿਆਰ ਨਹੀਂ ਹੁੰਦਾ। ਲਓ ਜੀ ਗੌਰੀ ਮਜਾਲ ਆ ਗਿਆ ਜੀ, ਸਾਰੇ ਭਰਾ ਠੀਕ ਠਾਕ ਆ, ਪਾਓ ਕਿੱਟ ਸ਼ਿਟ ਉਸਤਾਦ ਜੀ, ਅਸੀਂ ਤੁਹਾਡਾ ਵੇਟ ਕਰ ਰਹੇ ਵਾਵਾ ਦੇਰ ਤੋਂ। ਲਓ ਜੀ ਗਰਾਊਂਡ ਪ੍ਰੈਕਟਿਸ ਸ਼ੁਰੂ ਕਰਤੀ ਉਸਤਾਦ ਨੇ, ਤੇ ਬਾਕੀ ਸਾਰੇ ਵੀਰਾਂ ਨੇ ਮੈਚ ਵੀ ਦੇਖੇ ਪਰਸੋਂ 209 ਚੱਕ ਵਾਲੇ, ਜਿਸ ਜਿਸ ਬੰਦੇ ਨੇ ਵੇਖੇ ਜ਼ਰੂਰ ਕਮੈਂਟ ਕਰਕੇ ਦੱਸੋ ਕਿੱਦਾਂ ਰਹੀ ਉਸਤਾਦ ਉਹਨਾਂ ਦੀ ਫਿਟਨੈਸ। ਇਹਦਾ ਲਾਈਟ ਵੇਟ ਆ, ਇਹਦਾ ਵੇਟ ਘੱਟ ਆ, ਟਾਇਰ ਦਾ ਨਹੀਂ, ਉੱਥੇ ਹੀ ਆ ਹੌਸਪੀਟਲ ਹੀ ਆ ਮੁਹੰਮਦ ਖਾਨ।
ਚਿਸ਼ਤੀ ਹੁਣੀ ਮਿਲ ਕੇ ਆਏ ਆ ਗਿੱਲ ਹੁਣੀ ਇਹ ਇੱਦਾਂ ਦੀਆਂ ਵੀਡੀਓ ਹੀ ਆ ਦੋ ਚਾਰ ਆਈਆਂ ਪੈਸੇ ਪੂਸੇ ਦੇ ਕੇ ਆਏ ਆ ਸਿਹਤ ਠੀਕ ਆ ਸਿਹਤ ਤਾਂ ਠੀਕ ਆ ਬਸ ਉਹ ਹੋਰ ਵਿਚਾਰਾ ਰੋਈ ਜਾਂਦਾ ਦੁੱਖ ਬਹੁਤ ਵੱਡਾ ਯਾਰ ਰੋਜ਼ਾ ਅੱਜ ਠੀਕ ਆ ਅੱਜ ਬਹੁਤ ਠੀਕ ਆ ਆ ਜਿਹੜਾ ਧੁੱਪ ਵਾਵਾ ਲੱਗੀ ਸਜਾਦ ਜ਼ਖਮੀ ਕਹਿੰਦਾ ਅਸੀਂ ਕੰਮ ਨੀ ਕਰਨ ਦੇ ਨਸ਼ੇ ਹੀ ਆ ਖਬਰ ਨੇ ਸੁਣੀ ਇਹਨੇ ਸੁਣੀ ਆ ਤੇ ਨੇਕ ਹੋ ਗਏ ਦੋਵੇਂ ਨੇਕ ਹੋਏ ਆ ਬੰਦੇ ਕਹਿੰਦੇ ਬੰਦਾ ਅਸੀਂ ਬਦਲ ਲਈਏ ਭਾਈ ਪਿਆਰ ਨਹੀਂ ਹੁੰਦਾ ਸੀਰੀਅਸ ਨਹੀਂ ਵੀ ਵੀਡੀਓ ਵਾਲਾ ਬੰਦਾ ਬਦਲ ਲਈਏ ਅਸੀਂ ਤੇ ਮੈਂ ਕਿਹਾ ਵੀ ਬੰਦਾ ਜਦੋਂ ਤੁਸੀਂ ਬਦਲਣਾ ਨਾ ਪਹਿਲੇ ਤੇ ਹੋਣਾ ਚਾਹੀਦਾ ਫੈਨ ਠੀਕ ਆ ਫਿਰ 2 ਮਹੀਨੇ 6 ਮਹੀਨੇ ਕੋ ਭਾਈ ਨਾਲ ਟਾਈਮ ਲੰਘਾਵੇ ਤੇ ਫਿਰ ਜਾ ਕੇ ਕਿਥੇ ਨੂੰ ਮੌਕਾ ਮਿਲਣਾ ਵਾ ਇੱਡੇ ਸੌਖੇ ਨਹੀਂ ਟਾਈਮ ਮਿਲਦੇ ਠੀਕ ਆ ਅਸੀਂ ਮੁਕੱਦਰ ਵਾਲੇ ਆ ਸਿੱਧੀ ਜੀ ਗੱਲ ਆ ਭਾਈ ਜੇ ਕਿਸੇ ਨੂੰ ਹੋਵੇ ਸ਼ੌਕ ਤੇ ਭਾਈ ਪੂਰਾ ਕਰ ਸਕਦਾ ਵਾ ਸਾਡਾ ਤੇ ਉੱਪਰ ਚਲਾ ਜਾ ਕਿਉਂ ਭਾਜੀ ਰਹਿਣ ਦੋ ਇੱਥੇ ਮਾਸੇ ਲਾਈ ਜਾਂਦੇ ਤੁਸੀਂ ਲੱਗ ਜਾਣਾ ਜੋ ਤੁਸੀਂ ਏਦਾਂ ਕਰਨਾ ਨਹੀਂ ਡਿੱਗਦਾ ਭਾਵੇਂ ਕਰ ਲੈਂਦੇ ਹਾਂ ਹੋਰ ਜੀ ਕਿੱਦਾਂ ਆਵਾਜ਼ ਸਹੀ ਆ ਰਹੀ ਭਾਈ ਸਾਡੀ ਉਹ ਸ਼ਰਟ ਪਾ ਲੈਂਦੇ ਹਾਂ ਉਹ ਸਰਦਾਰਾ ਸ਼ਰਟ ਲਿਆਈ ਮੇਰੀ ਫੜ ਕੇ ਯਾਰ ਰੋਜ਼ ਕਿੰਨਾ ਟਾਈਮ ਰਹਿ ਗਿਆ ਭਾਈ ਰੋਜ਼ ਰਹਿੰਦੇ ਹਲੇ 10 ਕੁ ਮਿੰਟ 10-12-15 ਮਿੰਟ ਚੱਲਣ ਕਿਹੜਾ ਵੀਡੀਓ ਚ ਆਇਆ ਨੀ ਜੋ ਤੇਰਾ ਦਿਲ ਕਰਦਾ ਪੁੱਛ ਲਾ ਸਰਦਾਰ ਜੀ ਪਰਸੋਂ ਮੈਚ ਖੇਡਿਆ ਕਿੰਨੇ ਜੱਫੇ ਮਾਰੇ ਜੀ ਪਰਸੋਂ 3 ਮੈਚ ਖੇਡੇ ਹਾਂਜੀ ਅੱਲਾ ਕਰੇ 2 ਤੇ 2 4 ਤੇ 3 7 ਜੱਫੇ ਮਾਰੇ ਜੀ ਅੱਲਾ ਖੈਰ ਕਰੇ 7 ਜੱਫੇ ਜੀ ਹਾਂ ਅੱਛਾ ਜੀ ਹੌਲੀ ਹੌਲੀ ਕੰਮ ਚੱਲ ਪਿਆ ਪਹਿਲੇ ਮੈਚ ਗੇ ਅੱਛਾ ਜੀ ਤੇ ਕੰਮ ਸਾਡਾ ਚੱਲ ਪਿਆ ਜੀ ਅੱਲਾ ਕਰੇ ਜਿੱਦਾਂ ਜਿੱਦਾਂ ਜਿਸਮ ਦੀਆਂ ਕਸਾਂ ਬਣਦੀਆਂ ਨੇ ਉਦਾਂ ਦਾ ਇਨਸ਼ਾਅੱਲਾ ਵਧੀਆ ਖੇਡਦੇ ਰਵਾਂਗੇ ਤੇ ਭਰਾਵਾਂ ਨੂੰ ਗੇਮ ਦਿਖਾਉਂਦੇ ਰਵਾਂਗੇ ਚਾਹਣ ਵਾਲਿਆਂ ਨੂੰ ਅੱਲਾ ਖੈਰ ਸੁੱਖ ਰੱਖੇ ਤੇ ਭਾਈ ਨਈਮ ਕਿੱਦਾਂ ਭਾਈ ਠੀਕ ਆ ਹੁਣ ਮਾਸ਼ਾਅੱਲਾ ਅੱਜ ਵੀ ਮੇਰੀ ਗੱਲ ਹੋਈ ਸੀ ਕਹਿੰਦੇ ਵੀ ਠੀਕ ਆ ਹੁਣ ਅੱਗੇ ਨਾਲੋਂ ਬਹੁਤ ਕਵਰ ਆ ਇੰਜਰੀ ਇਨਸ਼ਾਅੱਲਾ ਭਾਈ ਦੱਸਾਂ ਇਹਨਾਂ ਦੇ ਵਿੱਚ ਵਿੱਚ ਪੂਰੀ ਛਾਣਬੀਣ ਕਰਦੇ ਸੱਟ ਦੀ ਤੋੜ ਤਾਈ ਜਾ ਕੇ ਕੈਮਰੇ ਲੈ ਕੇ ਆਪ ਜਾਂਦੇ ਸੱਟ ਤਾਈ ਵੇਖੋ ਕਿਵੇਂ ਆਕੜਿਆ ਖੜਾ ਵਾ ਹੋਰ ਕਿੱਦਾਂ ਭਰਾ ਮੇਰੇ ਸਾਰੇ ਠੀਕ ਠਾਕ ਨੇ ਅਮਨ ਸ਼ਾਂਤੀਆਂ ਨੇ ਅੱਲਾ ਪਾਕ ਸਲਾਮਤ ਰੱਖ ਕੇ ਮੂੰਹ ਤੇ ਨਾ ਮਾਰਦੀ ਅਵਾਮ ਨੇ ਨਾ ਅਵਾਮ ਨੇ ਤੁਸੀਂ ਰਾਜ਼ੀ ਕੀਤਾ ਅਵਾਮ ਨੂੰ ਹਾਂਜੀ ਤੁਸੀਂ ਕੀਤਾ ਰਾਜ਼ੀ ਅਵਾਮ ਨੂੰ ਭਾਈ ਜਾਨ ਹਾਂਜੀ ਤੇ ਅਵਾਮ ਨੇ ਕੀਤਾ ਰਾਜ਼ੀ ਤੁਹਾਨੂੰ ਤੁਹਾਨੂੰ ਵਾਇਰਲ ਕੀਤਾ ਇੰਨਾ ਜਦੋਂ ਜੱਫੇ ਲੱਗਣ ਡਿਆ ਸੀ ਉਸ ਦੌਰਾਨ ਹੀ ਮੈਚ ਚੱਲਦੇ ਦੌਰਾਨ ਲੋਕਾਂ ਨੇ ਟਿਕਟੋਕਾਂ ਕੱਟੀਆਂ
ਇੱਦਾਂ ਹੀ ਆ ਭਾਜੀ। ਉਹ ਯਾਰ ਪਿਆਰ ਮੁਹੱਬਤ ਆ ਸਾਰਿਆਂ ਭਰਾਵਾਂ ਦਾ ਭਾਜੀ। ਗੱਲ ਪਤਾ ਕੀ ਆ, ਇਨਸਾਨ ਗਲਤੀ ਦਾ ਪੁਤਲਾ ਵਾ, ਗਲਤੀਆਂ ਹਰ ਇਨਸਾਨ ਤੋਂ ਹੁੰਦੀਆਂ, ਸਾਡੇ 'ਚ ਵੀ ਹੈਗੀਆਂ ਨੇ, ਠੀਕ ਆ। ਅਤੇ ਇਹ ਜ਼ਿੰਦਗੀ ਆ, ਜ਼ਿੰਦਗੀ ਆਪਣੇ ਰੰਗ ਦਿਖਾਉਂਦੀ ਆ, ਬਿਲਕੁਲ ਇੱਦਾਂ ਹੀ ਨਹੀਂ, ਬਿਲਕੁਲ ਸਦਾ ਇੱਕੋ ਜਿਹਾ ਵਕਤ ਨਹੀਂ ਚੱਲਦਾ ਹੁੰਦਾ, ਵਾਧੇ ਘਾਟੇ ਸਾਰਾ ਕੁਛ। ਕਿਉਂ ਅਸੀਂ ਕਬੱਡੀ ਦੁਨੀਆਂ 'ਚ ਆਏ ਹਾਂ, ਲੋਕ ਜਾਣਨ ਲੱਗੇ ਸਾਨੂੰ, ਅਤੇ ਵੱਡਿਆਂ ਨੇ ਦੱਸਿਆ, ਉਸਤਾਦਾਂ ਨੇ, ਮਾਂ ਪਿਓ ਨੇ ਵੀ ਕਿੱਦਾਂ ਦਾ ਸੁਭਾਅ ਲੈ ਕੇ ਤੁਸੀਂ ਜ਼ਿੰਦਗੀ ਗੁਜ਼ਾਰਨੀ, ਹੈ ਨਾ, ਸਹੀ। ਅਤੇ ਉਸ ਸੁਭਾਅ 'ਤੇ ਜੀਣ ਡਏ ਹਾਂ, ਠੀਕ ਆ ਜੀ। ਵਾਧੇ ਘਾਟੇ ਹੁੰਦੇ ਆ ਮੈਚਾਂ ਦੇ ਵਿੱਚ, ਮਤਲਬ ਘਾਟੇ ਵਾਧੇ ਹੁੰਦੇ। ਦੇਖੋ ਕੋਈ ਭੱਜ ਜਾਂਦਾ, ਕਿਸੇ ਨੂੰ ਕੋਈ ਫੜ ਲੈਂਦਾ ਵਾ, ਆਪਾਂ ਜ਼ਿਆਦਾ ਭਾਜੀ ਸਾਰਿਆਂ ਨੂੰ ਪਤਾ ਵੀ ਠੰਡੇ ਮਿੱਠੇ ਸੁਭਾਅ ਨਾਲ ਖੇਡੀਦਾ ਆ, ਬਿਲਕੁਲ। ਲੜਾਈ ਝਗੜੇ ਵਾਲਾ, ਲੜਾਈ ਝਗੜਾ ਨਹੀਂ ਆਪਾਂ ਯਾਰ, ਅਸੀਂ ਸਪੋਰਟਸਮੈਨ ਆ, ਸਾਨੂੰ ਇਹ ਕੰਮ ਜੇ ਵੀ ਨਹੀਂ ਦਿੰਦੇ, ਸਹੀ, ਠੀਕ ਹੈ ਨਾ। ਜੇ ਕਿਸੇ ਕੋਈ ਮਿਸਟੇਕ ਹੋ ਗਈ ਆ ਪੁਆਇੰਟ ਦੀ, ਜਾਂ ਕਿਸੇ ਨੇ ਜਾਣ ਕੇ ਦੇਤਾ, ਤੇ ਲੜਨ ਨਾਲੋਂ ਸਬਰ ਬਿਹਤਰ। ਗੁੱਸਾ ਕਰਨ ਵਾਲਾ ਮਰਦ ਨਹੀਂ ਹੁੰਦਾ, ਗੁੱਸੇ ਨੂੰ ਪੀਣ ਵਾਲਾ ਮਰਦ ਹੁੰਦਾ ਆ। ਤੇ ਅੱਜ ਤੱਕ ਆਪਾਂ ਨਹੀਂ ਲੜੇ ਕਿਸੇ ਨਾਲ ਵੀ ਗਰਾਊਂਡ ਦੇ ਵਿੱਚ, ਕੋਈ ਬੰਦਾ ਦੱਸਦੇ ਵੀ ਲੜੇ ਆ। ਵਾਧੇ ਵੀ ਹੋਏ ਭਾਜੀ ਬਹੁਤ ਜ਼ਿਆਦਾ ਹੋਏ ਆ, ਬਿਲਕੁਲ। ਹਾਂ ਤੇ ਪਰ ਨਹੀਂ ਯਾਰ, ਕੋਈ ਨੀ, ਸਬਰ ਨਾਲ ਟਾਈਮ ਹੰਢਾਇਆ ਵਾ, ਤੇ ਲੋਕ ਭਰਾ ਪਿਆਰ ਕਰਦੇ ਆ, ਬਿਲਕੁਲ। ਜਿਹੜਾ ਉਹ ਪਿਆਰ ਕਰਦੇ ਆ, ਉਸ ਪਿਆਰ ਨਾਲ ਹੀ ਤੁਰੇ ਜਾਂਦੇ ਆ। ਜਿਸ ਵਜ੍ਹਾ ਤੋਂ ਪਿਆਰ ਕਰਦੇ ਆ, ਉਹੀ ਵਜ੍ਹਾ ਅਸੀਂ ਆਪਣੇ ਆਪ 'ਚ ਰੱਖੀ ਆ। ਅੱਛਾ, ਇੱਕ ਤਸਵੀਰ ਨਾ ਥੋੜੇ ਦਿਨ ਹੋ ਗਿਆ ਫੇਰ ਵਾਇਰਲ ਹੋਣ ਡਈ ਆ, ਇੱਕ ਪਾਸੇ ਤੁਹਾਡੀ ਤਾਂ ਉਸਤਾਦ ਦੀ ਆ ਤਸਵੀਰ, ਉਸਤਾਦ ਦਫ਼ਤਰ ਦੀ, ਦੂਸਰੇ ਪਾਸੇ ਦੁੱਲੇ ਤਾਂ ਪੰਮੇ ਉਹਦੇ ਉਸਤਾਦ ਦੀ ਤਸਵੀਰ ਲਾਈ ਆ। ਜ਼ਿਆਦਾ ਗੱਪ ਸ਼ੱਪ ਉਸਤਾਦਾਂ ਦੇ ਤੇ ਹੁੰਦੀ ਆ ਨਾ, ਤੇ ਸਾਰੇ ਭਰਾਵਾਂ ਵਾਸਤੇ ਅਪੀਲ ਵੀ ਆ ਕਿ ਉਸਤਾਦ ਮੇਰੇ ਦਾ ਬੇਟਾ ਬਿਮਾਰ ਆ, ਤੇ ਸਾਰੇ ਭਰਾ ਦੇ ਵਾਸਤੇ ਖਸੂਸੀ ਦੁਆ ਕਰੋ, ਅੱਲਾਹ ਪਾਕ ਮੇਰੇ ਉਸਤਾਦ ਦੇ ਬੇਟੇ ਨੂੰ ਸਿਹਤ ਤੰਦਰੁਸਤੀ ਵਾਲੀ ਲੰਮੀ ਜ਼ਿੰਦਗੀ ਦੇਵੇ। ਇਹ ਇੱਕ ਜਿਗਰ ਦਾ ਟੋਟਾ ਹੁੰਦੇ ਨੇ ਭਾਜੀ, ਬਿਲਕੁਲ। ਤੇ ਇਹਨਾਂ ਦੇ ਕੰਡਾ ਵੀ ਚੁਭੇ ਤੇ ਬਹੁਤ ਜ਼ਿਆਦਾ ਤਕਲੀਫ ਹੁੰਦੀ ਹੈ। ਮੈਂ ਸੁਣਿਆ ਲਾਡਲਾ ਵੀ ਜ਼ਿਆਦਾ ਵਾ। ਹਾਂਜੀ ਬਹੁਤ ਜ਼ਿਆਦਾ, ਬੜਾ ਲਾਡਲਾ ਜੀ, ਗੁਲਜ਼ਾਰੀ ਨਾਂ ਰੱਖਿਆ ਉਸਤਾਦ ਨੇ। ਉਸਤਾਦ ਨਾਲ ਗੱਲ ਹੋਈ, ਉਸਤਾਦ ਕਹਿੰਦਾ ਬਿਹਤਰ ਆ ਮਾਸ਼ਾਅੱਲਾ, ਅੱਲਾਹ ਪਾਕ ਮੇਰੇ ਉਸਤਾਦ ਨੂੰ ਵੀ ਸਿਹਤ ਦੇਵੇ, ਬੇਟੇ ਨੂੰ ਵੀ ਅੱਲਾਹ ਪਾਕ ਸਿਹਤ ਦੇਵੇ। ਆਮੀਨ ਜੀ। ਖਾਂਸੀ ਯਾਰ, ਖਾਰਿਸ਼ ਜੀ ਬੜੀ ਹੋਣ ਡਈ। ਬੰਦਿਆਂ ਨੇ ਦੱਸੇ ਸੀ ਇੱਕ ਦੋ ਨੇ ਨੁਸਖੇ, ਤੁਸੀਂ ਕਿਹੜਾ ਦੱਸੇ ਆ? ਹੋਰ ਸਲਾਦ ਜੱਟ ਨੇ ਦੱਸਿਆ ਸੀ ਜੀ, ਸਫੈਦੇ ਦੇ ਪੱਤੇ ਚੰਗੀ ਤਰ੍ਹਾਂ ਰਗੜ ਕੇ ਨਾ ਉਹ ਸੁੱਗੋ, ਠੀਕ ਆ। ਇੱਕ ਮਸਲਾ ਨਹੀਂ ਹੋਇਆ ਭਾਈ। ਆਹੋ, ਤੇ ਇੱਕ ਹੋਰ ਸੀ ਇੱਕ ਬੰਦਾ, ਉਹਨੇ ਦੱਸਿਆ ਸੀ, ਉਹ ਮੈਨੂੰ ਯਾਦ ਨਹੀਂ ਗਿਆ ਇਸ ਟਾਈਮ। ਕਮੈਂਟ ਇੰਨੇ ਆਉਂਦੇ ਨਾ, ਫਿਰ ਵਾਰੀ ਨਹੀਂ ਆਉਂਦੀ ਕਈ, ਜਿਹੜੇ ਜ਼ਿਹਨ 'ਚ ਹੁੰਦੇ ਉਹ ਫਿਰ ਤੁਹਾਨੂੰ ਦੱਸ ਦਿੰਦੇ ਆ, ਜਿਹੜੇ ਰਹਿ ਜਾਂਦੇ ਉਹ ਫਿਰ ਮਾਜ਼ਰਤ ਭਾਈ ਜਾਨ। ਤੇ ਵਧੀਆ ਯਾਰ, ਸਪੋਰਟ ਕਰਦੇ ਭਰਾ ਸਾਡੇ ਸਾਰੇ ਭਰਾ, ਖਸੂਸੀ ਭਾਈ ਮੁਹੰਮਦ ਵਾਸਤੇ, ਦੁਆ ਕਰੇ ਮੁਰਖਾਂ ਵਾਸਤੇ। ਛਿੜ ਪਈ, ਦੇਖ ਕੇ ਛਿੜ ਪਈ ਪਤਾ ਨਹੀਂ। ਤੇ ਹੋਰ ਬਾਈ, ਬਾਕੀ ਸੁਨੇਹਾ ਵਾ ਛੋਟਿਆਂ ਭਰਾਵਾਂ ਵਾਸਤੇ ਵੀ ਯਾਰ, ਮਿਹਨਤ ਕਰਿਆ ਕਰੋ ਦੱਬ ਕੇ, ਤੇ ਬਾਕੀ ਰਾਤੋ ਰਾਤ ਸਟਾਰ ਬਣਨ ਦੀ ਕੋਸ਼ਿਸ਼ ਨਾ ਕਰਿਓ ਭਰਾਵਾ, ਤੇ ਮਿਹਨਤ ਆਪਣੀ ਕਰੋ, ਦੱਬ ਕੇ ਲੱਗੇ ਰਹੋ, ਕੈਰੀ ਔਨ, ਮਤਲਬ ਜਿੰਨੀ ਮਿਹਨਤ ਹੁੰਦੀ ਜ਼ਿਆਦਾ ਜ਼ਿਆਦਾ ਕਰੋ, ਕਿਉਂਕਿ ਹੁਣ ਮੁੰਡੇ ਉਨੀ ਮਿਹਨਤ ਨਹੀਂ ਕਰਦੇ ਭਾਈ ਜਿੰਨੀ ਕਰਨੀ ਚਾਹੀਦੀ, ਹੈ ਨਾ। ਹੋਰਾਂ ਛਾਵਾਂ 'ਤੇ ਜ਼ਿਆਦਾ ਰੁਝਾਨ ਹੋ ਗਿਆ ਵਾ, ਮਿਹਨਤ ਵੱਲ ਘੱਟ ਗਿਆ ਵਾ, ਸੌਖਾ ਕੰਮ ਲੱਭਦੇ ਆ। ਹਾਂ, ਅਤੇ ਉਹ ਮੇਰਾ ਭਰਾ, ਮਿਹਨਤ ਕਰੋ, ਗਰਾਊਂਡ ਨੂੰ ਜ਼ਿਆਦਾ ਟਾਈਮ ਦੇਵੋ ਯਾਰ, ਜਿੰਨਾ ਦੇ ਹੁੰਦਾ ਵਾ ਉਨਾ ਜ਼ਿਆਦਾ ਤੋਂ ਜ਼ਿਆਦਾ ਗਰਾਊਂਡ ਨੂੰ ਟਾਈਮ ਦਿਓ ਆਪਣੇ ਨੂੰ, ਕਿਉਂਕਿ ਤੁਸੀਂ ਜਦੋਂ ਫਿਰ ਉੱਠ ਖੜੇ ਹੋਏ ਨਾ ਭਰਾ, ਫਿਰ ਡਿੱਗਦੇ ਨਹੀਂ ਇੰਨੀ ਜਲਦੀ, ਨਾ ਫੈਰ ਕਰੇ ਵੀ ਲਾਂਗ ਅਰਸਾ ਹੀ ਖੇਡੋਗੇ ਕਬੱਡੀ। ਅੱਛਾ, ਅਤੇ ਭਾਅ ਜੀ, ਨਿਊਜ਼ੀਲੈਂਡ ਦੇ ਵੇਚਣਾ ਅਰਸਲਾਨ ਬੱਟੂ, ਜ਼ਫਰ ਜੈਦੀ? ਹਾਂ ਯਾਰ, ਉਹ ਆਪਣੇ ਭਰਾ ਵੀ ਬੜੇ ਆ ਮਾਸ਼ਾਅੱਲਾ, ਮੈਚ ਦੇਖਿਆ, ਕਲਿੱਪ ਵੀ ਦੇਖੇ, ਟਿਕਟ ਉਹਦੇ ਬਹੁਤ ਤਗੜੇ ਖੇਡਣ ਡੇ, ਅੱਲਾਹ ਪਾਕ ਨੂੰ ਮਜ਼ੀਦ ਹੋਰ ਤਰੱਕੀਆਂ ਦਾ। ਅਰਸਲਾਨ ਵੀ ਆਪਣਾ ਵੀਰ ਆ, ਬਹੁਤ ਵਧੀਆ ਟਾਈਮ ਗੁਜ਼ਰਿਆ ਕੈਂਪ 'ਚ ਉਹਨਾਂ ਨਾਲ ਵੀ, ਅਤੇ ਦੂਸਰਾ ਆਪਣੇ ਜ਼ਫਰ ਚੈਨੀ ਆ, ਨਾਲ ਆਪਣਾ ਭਰਾ, ਬਹੁਤ ਖੁਸ਼ੀ ਹੋਈ ਟੋਕੇ ਦੀ, ਟੋਕਾ ਮਾਸ਼ਾਅੱਲਾ, ਟੋਕਾ ਆਪਣਾ ਵੀਰ ਆ, ਬਹੁਤ ਪਿਆਰਾ ਜਿਹਾ ਭਰਾ ਆ ਆਪਣਾ, ਬਹੁਤ ਜ਼ਿਆਦਾ ਪਿਆਰ ਕਰਦਾ ਵਾ ਆਪਣੇ ਨਾਲ, ਅਤੇ ਸੱਚਾ ਸੁੱਚਾ ਇਨਸਾਨ ਆ, ਅੱਲਾਹ ਪਾਕ ਨੂੰ ਮਜ਼ੀਦ ਹੋਰ ਇੱਜ਼ਤਾਂ ਦੇਵੇ। ਅਤੇ ਬੈਸਟ ਵਿਸ਼ੇਜ਼ ਆ ਭਰਾ ਵਾਸਤੇ, ਕਿ ਬਹੁਤ ਤਗੜਾ ਖੇਡਿਆ, ਅਤੇ ਸਾਡੇ ਵੱਲੋਂ ਭਰਾਵਾ ਤੇਰੇ ਵਾਸਤੇ ਢੇਰ ਦੁਆਵਾਂ, ਠੀਕ ਆ। ਅੱਲਾਹ ਪਾਕ ਮਜ਼ੀਦ ਹੋਰ ਕੱਪਾਂ 'ਚ ਵੀ ਤੈਨੂੰ ਹੋਰ ਇੱਜ਼ਤ ਦੇਵੇ, ਅੱਲਾਹ ਸਲਾਮਤ ਰੱਖੇ ਮੇਰੇ ਭਰਾ ਨੂੰ, ਵੀ ਇੱਦਾਂ ਹੀ ਤਗੜਾ ਖੇਡਦਾ ਰਹੇ। ਇੰਜਰੀ ਵੀ ਆ ਗੋਡੇ 'ਤੇ, ਬਾਕੀ ਕੋਈ ਨਹੀਂ, ਤਗੜਾ ਹੋ ਖੇਡ ਮੇਰਾ ਭਰਾ, ਅੱਲਾਹ ਸਲਾਮਤ ਰੱਖੇਗਾ ਇਨਸ਼ਾਅੱਲਾ। ਅਤੇ ਅਸੀਂ ਤੁਹਾਨੂੰ ਹੁਣ ਬਾਹਰ ਕਿਤੋਂ ਦੇਖਾਂਗੇ ਖੇਡਦੇ ਹਾਂ ਭਾਅ ਜੀ, ਲੱਗੇ ਹਾਂ ਹੁਣ ਇਸੇ ਵਾਸਤੇ ਲੱਗੇ ਹਾਂ, ਇੰਨੀ ਮਿਹਨਤ ਕਰਨ ਡਏ ਹਾਂ, ਅਤੇ ਬਾਕੀ ਅੱਲਾਹ ਖੈਰ ਕਰੇ, ਖਾਬ ਤਾਂ ਵੱਡੇ ਹੀ ਆ, ਅੱਗੇ ਦੇਖੋ ਜੋ ਰੱਬ ਨੂੰ ਮਨਜ਼ੂਰ ਆ। ਹੋਜੇ ਤਾਂ ਹੁਣ ਹੀ ਦੋ ਤਿੰਨ ਮੈਚ ਖੇਡੇ ਆ, ਹੁਣ ਸੀਜ਼ਨ ਖੇਡਾਂਗੇ,
ਇਦੋਂ ਬਾਹਰ ਵਾਲਾ ਤੇ ਅੱਲਾ ਖਿਆਲ ਕਰੂਗਾ ਇਨਸ਼ਾਅੱਲਾ। ਇੰਗਲੈਂਡ ਦਾ ਜ਼ੇਨ ਬਣਾ ਕੇ ਰੱਖਿਆ ਸੀ ਬਾਕੀ ਇਨਸ਼ਾਅੱਲਾ ਜ਼ੇਨ ਇੰਗਲੈਂਡ ਦਾ ਜਾਂ ਕੈਨੇਡਾ ਖੇਡਿਆ ਹੁਣ ਇੰਗਲੈਂਡ ਖੇਡਾਂਗੇ ਇਨਸ਼ਾਅੱਲਾ। ਕੈਨੇਡਾ ਸਹੀ ਹੈ ਮਜ਼ਾ ਆਉਂਦਾ ਕਿ ਇੰਗਲੈਂਡ ਕਬੱਡੀ ਤਗੜੀ ਹੈ ਭਾਜੀ ਏ ਕਲਾਸ ਕਬੱਡੀ ਆ ਕੈਨੇਡਾ ਦੀ ਬਹੁਤ ਤਗੜੀ ਕਬੱਡੀ ਕੈਨੇਡਾ ਦੀ ਸਹੀ ਹੈ ਸਹੀ ਹੈ ਮਜ਼ਾ ਆਉਂਦਾ ਉੱਥੇ ਹੈ ਨਾ ਮਜ਼ਾ ਕੀ ਆ ਅੰਦਰ ਬੇਟਾ ਬਾਹਰ ਆਉਂਦਾ ਕਿ ਆਹੋ ਆਪਣਾ ਸਾਦੁੱਲਾ ਵੀ ਭਾਈ ਸਾਦੁੱਲਾ ਵੀ ਕਹਿੰਦੇ ਸੀ ਕਹਿੰਦੇ ਤਿੰਨ ਦਿਨ ਦਾ ਬੰਦਾ ਭਾਜੀ ਹਿੱਲਣ ਜੋਗਾ ਨਹੀਂ ਹੁੰਦਾ। ਉਹ ਸਹੀ ਗੱਲ ਆ ਬਾਈ ਉਹ ਕੱਪਾਂ ਉਹ ਕੱਪ ਖੇਡਣ ਵਾਸਤੇ ਸਾਰੀ ਦਿਹਾੜੀ ਬੰਦੇ ਨੂੰ ਮਿਹਨਤ ਕਰਨੀ ਚਾਹੀਦੀ ਹੈ ਜਿਹੜੇ ਜਿਹੜੇ ਬੰਦੇ ਨੇ ਕੈਨੇਡਾ ਖੇਡਣਾ ਨਾ ਉਹ ਸਾਰਾ ਦਿਨ ਮਿਹਨਤ ਕਰੇ ਇਸੇ ਕਰਕੇ ਫਿਰ ਇੰਡੀਅਨ ਪਲੇਅਰ ਇੰਨੇ ਫਿੱਟ ਆ ਵੀ ਉਹ ਇੱਕ ਦਿਨ ਚ ਬਾਈ ਮਿਹਨਤ ਜ਼ਿਆਦਾ ਕਰਦੇ ਹੋ ਮਿਹਨਤ ਚ ਕਰਦੇ ਹਾਂ ਮਿਹਨਤ ਜ਼ਿਆਦਾ ਕਰਦੇ ਸੋਚਾਂ ਵੱਡੀਆਂ ਡਾਇਟ ਬਹੁਤ ਵਧੀਆ ਵਾ ਸਪੋਰਟ ਵੀ ਹੈ ਉਹਨਾਂ ਨੂੰ ਬਹੁਤ ਜ਼ਿਆਦਾ। ਅੱਛਾ ਦੇਖਿਆ ਜਾਵੇ ਤੇ ਆਪਣੇ ਇੱਧਰ ਪਾਕਿਸਤਾਨ ਚ ਤਾਂ ਫੈਸਿਲਿਟੀਆਂ ਜ਼ਿਆਦਾ ਨਹੀਂ ਆਪਣੇ ਮਹਿਕਮੇ ਮਿਲਦੇ ਉਧਰ ਤਾਂ ਮਹਿਕਮੇ ਵੀ ਨਹੀਂ ਮਿਲਦੇ ਲੇਕਿਨ ਉਧਰ ਪੈਸਾ ਜ਼ਿਆਦਾ ਵਾ ਬਾਈ ਕੰਮ ਉੱਥੇ ਕੀ ਆ ਜਾਂਦਾ ਸਾਰਿਆਂ ਦਾ ਰਲਵਾ ਮਿਲਵਾ ਹੈ ਨਾ ਇਹਨਾਂ ਦਾ ਇਹ ਆ ਵੀ ਆਪਣੇ ਮੁੰਡਿਆਂ ਦਾ ਫਿਊਚਰ ਜਿਹੜਾ ਮੁਸਤਕਬਲ ਸਿਕਿਉਰ ਹੋ ਜਾਂਦਾ ਵਾ ਨੌਕਰੀ ਲੱਗ ਜਾਂਦੀ ਆ ਬਾਅਦ ਚ ਸਾਰਾ ਉਹਨਾਂ ਦਾ ਮਾਹੌਲ ਠੀਕ ਹੋ ਜਾਂਦਾ ਉਹਨਾਂ ਨੂੰ ਇਹ ਆ ਵੀ ਜਿੰਨੇ ਦੇਰ ਖੇਲਦੇ ਆ ਤੇ ਉਨੀ ਦੇਰ ਆ ਬਾਅਦ ਚ ਫਿਰ ਵਧੀਆ ਖੇਡਦਾ ਬੰਦਾ ਚਲੋ ਇੱਕ ਲੋਕਲ ਪਲੇਅਰ ਆ ਉਹਦੇ ਵਾਸਤੇ ਤਾਂ ਮਹਿਕਮਾ ਵੀ ਜ਼ਰੂਰੀ ਹੁੰਦਾ ਮਹਿਕਮਾ ਬਹੁਤ ਸਪੋਰਟ ਹੋ ਜਾਂਦੀ ਉਹਨਾਂ ਨਾਲ ਹਾਂਜੀ ਵੀ ਚਲੋ ਗੇਮ ਉਸ ਲੈਵਲ ਦੀ ਨਹੀਂ ਹੋਈ ਤੇ ਮਹਿਕਮਾ ਲੱਭ ਗਿਆ ਤਾਂ ਚਲੋ ਜ਼ਿੰਦਗੀ ਦੀਆਂ ਰੋਟੀਆਂ ਲੱਗ ਜਾਂਦੀਆਂ ਜਿਹੜੇ ਵੱਡੇ ਸਟਾਰ ਪਲੇਅਰ ਆ ਉਹ ਤਾਂ ਫਿਰ ਉਹਨਾਂ ਇਕੱਠਾ ਕਰ ਹੀ ਲੈਂਦਾ ਜਿੰਨਾ ਕਿ ਮਹਿਕਮਾ ਹੀ ਕਰਨਾ ਦਾ ਬਿਲਕੁਲ ਬਾਕੀ ਅੱਲਾ ਸਾਡੀ ਆਰਮੀ ਨੂੰ ਤਰੱਕੀ ਦੇਵੇ ਕਿਉਂਕਿ ਜਿਹੜੇ ਯੰਗ ਮੁੰਡੇ ਹੁੰਦੇ ਆ ਜ਼ਿਆਦਾ ਸਾਡੀ ਆ ਪਾਕਿਸਤਾਨ ਆਰਮੀ ਆ ਬਹੁਤ ਸਪੋਰਟ ਕਰਦੀ ਪਲੇਅਰਾਂ ਨੂੰ ਨਵੇਂ ਮੁੰਡਿਆਂ ਨੂੰ ਬਹੁਤ ਸਪੋਰਟ ਬਹੁਤ ਜ਼ਿਆਦਾ ਸਪੋਰਟ ਕਰਦੀ ਦੇਖਿਆ ਜਾਵੇ ਤਾਂ ਨਵੇਂ ਮੁੰਡੇ ਬਣਦੇ ਹੀ ਆਰਮੀ ਦੀ ਵਜ੍ਹਾ ਤੋਂ ਭਾਜੀ ਆਰਮੀ ਲੈਂਦੀ ਉਹ ਪਲੇਅਰ ਆ ਜਿਹੜਾ ਬਣਨ ਵਾਲਾ ਆ ਹਾਂਜੀ ਉਹ ਬਹੁਤ ਸਪੋਰਟ ਕਰਦੇ ਆ ਡਾਇਟ ਦਿੰਦੇ ਆ ਟ੍ਰੇਨਿੰਗ ਦਿੰਦੇ ਆ ਵਧੀਆ ਹਰ ਸ਼ਾਈ ਚਲੋ ਬਾਕੀ ਮਹਿਕਮੇ ਦੇ ਵੀ ਤਗੜੇ ਮੁੰਡੇ ਜਦੋਂ ਹੋ ਜਾਂਦੇ ਕੋਈ ਸਟਰੋਂਗ ਤੋਂ ਆਪਣਾ ਕਰਦੇ ਆ ਆਰਮੀ ਜਿਹੜਾ ਵਾ ਉਹ ਚੜ੍ਹਦਾ ਜਿਹਨੂੰ ਹਫ਼ਤਾ